ਦ ਖਾਲਸ ਟੀਵੀ ਦੇਖ ਰਹੇ ਹੋ, ਮੈਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਅੱਜ ਦੀਆਂ। ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ। ਸੱਚੇ ਬੰਦੇ ਨਾਲ ਕੀਤਾ ਗਿਆ ਧੋਖਾ ਤੁਹਾਡੀ ਬਰਬਾਦੀ ਦੇ ਸਾਰੇ ਰਾਹ ਖੋਲ ਦਿੰਦਾ, ਭਾਵੇਂ ਤੁਸੀਂ ਕਿੰਨੇ ਵੱਡੇ ਸ਼ਤਰੰਜ ਦੇ ਖਿਡਾਰੀ ਵੀ ਕਿਉਂ ਨਾ ਹੋਵੋ। ਹੁਣ ਨਜ਼ਰ ਮਾਰਾਂਗੇ ਹੈਡਲਾਈਨਸ ਤੇ। ਰੁਤੁਰਾਜ ਗਾਇਕੇ ਵਾਰਡ ਬਣੇ ਚੇਨਈ ਸੁਪਰ ਕਿੰਗ ਦੇ ਕਪਤਾਨ। ਮਹਿੰਦਰ ਸਿੰਘ ਧੋਨੀ ਨੇ ਛੱਡੀ ਕਮਾਂਡ, ਟੀਮ ਆਪਣਾ ਪਹਿਲਾ ਮੈਚ ਅੱਜ ਰੋਇਲ ਚੈਲੇਂਜਰ ਬੈਂਗਲੌਰ ਦੇ ਨਾਲ ਖੇਡੇਗੀ। 23 ਮਾਰਚ ਨੂੰ ਮੋਹਾਲੀ ਦੇ ਮੁੱਲਾਪੁਰ ਕ੍ਰਿਕਟ ਸਟੇਡੀਅਮ ਦੇ ਵਿੱਚ IPL ਦਾ ਹੋਵੇਗਾ ਮੈਚ। ਸਪੈਸ਼ਲ DGP ਲੋ ਐਂਡ ਆਰਡਰ ਤੇ SSP ਮੋਹਾਲੀ ਨੇ ਸੁਰੱਖਿਆ ਪ੍ਰਬੰਧਾਂ ਦਾ ਮੁੜ ਲਿਆ ਜਾਇਜ਼ਾ। ਅਕਾਲੀ ਦਲ ਨੇ ਸੱਦੀ ਅੱਜ ਕੋਰ ਕਮੇਟੀ ਦੀ ਮੀਟਿੰਗ। ਸੁਖਬੀਰ ਹਰਸਿਮਰਤ ਦੇ ਵਿੱਚੋਂ ਇੱਕ ਹੀ ਵਿਅਕਤੀ ਲੜੇਗਾ ਲੋਕ ਸਭਾ ਚੋਣ। ਅਕਾਲੀ ਦਲ ਬਣਾਏਗਾ ਇੱਕ ਪਰਿਵਾਰ ਇੱਕ ਪਾਰਟੀ ਨੀਤੀ। ਕੋਰ ਕਮੇਟੀ ਦੀ ਬੈਠਕ ਦੇ ਵਿੱਚ ਹੋਵੇਗਾ ਫੈਸਲਾ। ਧੀਆਂ ਨੂੰ ਗੋਦ ਲੈਣ ਦੇ ਵਿੱਚ ਪੰਜਾਬ ਆਇਆ ਮੋਹਰੀ। ਸੂਬੇ 'ਚ 4,966 ਕੁੜੀਆਂ ਅਤੇ 2530 ਮੁੰਡਿਆਂ ਨੂੰ ਲਿਆ ਗਿਆ ਗੋਦ ਦੇ ਵਿੱਚ। ਹਰਸਿਮਰਤ ਕੌਰ ਬਾਦਲ ਨੇ ਕਿਹਾ, ਦੇਖ ਕੇ ਖੁਸ਼ ਹਾਂ ਕਿ ਪੰਜਾਬੀ ਸਮਾਜ 'ਚ ਧੀਆਂ ਨੂੰ ਪੁੱਤਰਾਂ ਨਾਲੋਂ ਵੱਧ ਪਿਆਰ ਅਤੇ ਸਤਿਕਾਰ ਦੇ ਰਹੇ ਨੇ। ਫਿਨਲੈਂਡ ਲਗਾਤਾਰ 7ਵੇਂ ਸਾਲ ਬਣਿਆ ਸਭ ਤੋਂ ਖੁਸ਼ਹਾਲ ਦੇਸ਼। 143 ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਨੇ ਹਾਸਲ ਕੀਤਾ 126ਵਾਂ ਸਥਾਨ। ਇੰਡੀਆ ਨੂੰ ਪਛਾੜ ਕੇ ਪਾਕਿਸਤਾਨ 108ਵੇਂ ਸਥਾਨ 'ਤੇ ਪਹੁੰਚਿਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਵੱਡਾ ਐਕਸ਼ਨ, ਪੰਜਾਬ ਦੇ 5 ਜ਼ਿਲ੍ਹਿਆਂ ਦੇ SSP ਦੇ ਹੋਏ ਤਬਾਦਲੇ। ਪਠਾਨਕੋਟ ਫਾਜ਼ਿਲਕਾ ਜਲੰਧਰ ਦੇਹਾਤ ਮਲੇਰਕੋਟਲਾ ਅਤੇ ਬਠਿੰਡਾ ਦੇ SSP ਬਦਲੇ। ਚੋਣ ਕਮਿਸ਼ਨਰ ਵੱਲੋਂ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਦੀ ਤੈਨਾਤੀ। ਗੁਰਦਾਸਪੁਰ ਦੇ DC ਹਿਮਾਂਸ਼ੂ ਅਗਰਵਾਲ ਨੂੰ ਕੀਤਾ ਨਿਯੁਕਤ। ਗੁਰਦਾਸਪੁਰ ਦੇ ਨਵੇਂ DC ਬਣੇ ਵਿਸ਼ੇਸ਼ ਸਰਾਂਗਲ। ਪੰਜਾਬ 'ਚ ਚੋਣਾਂ ਦੀ ਤਰੀਕ ਨੂੰ ਲੈ ਕੇ ਵਿਵਾਦ। ਕਾਂਗਰਸ ਨੇ ਤਰੀਕ ਬਦਲਣ ਦੀ ਕੀਤੀ ਮੰਗ। ਕਿਸਾਨ ਵੀ ਹੱਕ ਦੇ ਵਿੱਚ ਨਹੀਂ, ਕਿਹਾ ਝੋਨਾ ਲਗਾਓ ਜਾਂ ਵੋਟ ਪਾਓ। ਪੰਜਾਬ 'ਚ 7ਵੇਂ ਗੇੜ ਤਹਿਤ 1 ਜੂਨ ਨੂੰ ਪੈਣਗੀਆਂ ਵੋਟਾਂ। ਬੈਂਕ ਖਾਤੇ ਫਰੀਜ਼ ਕਰਨ ਦੇ ਮੁੱਦੇ 'ਤੇ ਕਾਂਗਰਸ ਦਾ ਬਿਆਨ, ਕਿਹਾ ਅਸੀਂ ਆਪਣਾ ਪ੍ਰਚਾਰ ਦਾ ਕੰਮ ਨਹੀਂ ਕਰ ਸਕਦੇ, ਅਸੀਂ ਵਰਕਰਾਂ ਅਤੇ ਉਮੀਦਵਾਰਾਂ ਦਾ ਸਮਰਥਨ ਨਹੀਂ ਕਰ ਸਕਦੇ, ਸਾਡੇ ਕੋਲ ਰੇਲ ਯਾਤਰਾ ਲਈ ਵੀ ਟਿਕਟ ਖਰੀਦਣ ਦੇ ਪੈਸੇ ਨਹੀਂ। ਕਾਂਗਰਸ ਨੇ ਖਾਤੇ ਫਰੀਜ਼ ਕਰਨਾ ਗੈਰ ਕਾਨੂੰਨੀ ਦੱਸਿਆ ਅਤੇ ਕਿਹਾ ਚੋਣ ਕਮਿਸ਼ਨ ਨੇ ਵੀ ਨਹੀਂ ਲਿਆ ਕੋਈ ਨੋਟਿਸ। CM ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ ਅਗਲੇ 5 ਦਿਨਾਂ ਦੇ ਵਿੱਚ ਬਾਕੀ ਰਹਿੰਦੇ 5 ਉਮੀਦਵਾਰ ਵੀ ਕਰਾਂਗੇ ਐਲਾਨ। ਟਵੀਟ ਕਰਕੇ ਦਿੱਤੀ ਜਾਣਕਾਰੀ, ਹੁਣ ਤੱਕ ਆਮ ਆਦਮੀ ਪਾਰਟੀ 8 ਉਮੀਦਵਾਰ ਪੰਜਾਬ ਦੇ ਵਿੱਚ ਉਤਾਰ ਚੁੱਕੀ ਹੈ, ਬਾਕੀ ਕਿਸੇ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਂ ਨਹੀਂ ਐਲਾਨਿਆ। ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 8 ਦੀ ਮੌਤ। ਸਦਮੇ ਨਾਲ 1 ਦੇ ਜੁੜਵਾ ਭਰਾ ਦੀ ਵੀ ਹੋਈ ਮੌਤ। 12 ਅਜੇ ਵੀ ਗੰਭੀਰ, 4 ਦੋਸ਼ੀ ਕੀਤੇ ਗਏ ਗ੍ਰਿਫਤਾਰ। ਸਿੱਖਿਆ ਵਿਭਾਗ ਨੇ ਬਰਨਾਲਾ 'ਚ 26 ਨਿੱਜੀ ਸਕੂਲਾਂ ਦੀ ਮਾਨਤਾ ਕੀਤੀ ਰੱਦ। ਸਾਲ 2023-24 ਦੇ ਬਿਲਡਿੰਗ ਸੇਫਟੀ, ਫਾਇਰ ਸੇਫਟੀ ਅਤੇ ਪਾਣੀ ਦੀ ਰਿਪੋਰਟ ਨਾਲ ਨਾ ਮਿਲਣ 'ਤੇ ਕੀਤੀ ਕਾਰਵਾਈ। ਪੰਜਾਬ 'ਚ 1 ਅਪ੍ਰੈਲ ਤੋਂ ਬਦਲੇਗਾ ਸਕੂਲਾਂ ਦਾ ਸਮਾਂ। ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗਣਗੇ ਪ੍ਰਾਇਮਰੀ ਸਕੂਲ। ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:50 ਤੱਕ ਹੋਵੇਗਾ। ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ IVF ਦਸਤਾਵੇਜ਼ ਮੰਗਣ ਦਾ ਮਾਮਲਾ, ਪੰਜਾਬ ਸਰਕਾਰ ਵੱਲੋਂ ਸਿਹਤ ਸਕੱਤਰ ਨੂੰ ਨੋਟਿਸ ਕੀਤਾ ਗਿਆ ਜਾਰੀ। ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ। ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦੇ ਬਿਨਾਂ ਕਿਵੇਂ ਮੰਗੀ ਜਾਣਕਾਰੀ। ਪੰਜਾਬ 'ਚ ਸਰਕਾਰੀ ਟੀਚਰ ਭਰਤੀ ਨੂੰ ਲੈ ਕੇ
ਹਾਈ ਕੋਰਟ ਦਾ ਵੱਡਾ ਫੈਸਲਾ, ਦੂਜੇ ਸੂਬਿਆਂ 'ਚ ਦਿੱਤੀ ਸਰਵਿਸ ਵੀ ਤਜਰਬੇ ਦੇ ਵਿੱਚ ਮੰਨੀ ਜਾਏਗੀ। ਸਾਲ 2019 'ਚ 1558 ਹੈੱਡਮਾਸਟਰ ਅਤੇ 375 ਸੈਂਟਰ ਹੈੱਡਮਾਸਟਰ ਦੀਆਂ ਨਿਕਲੀਆਂ ਸੀ ਭਰਤੀਆਂ। ਇਸ ਭਰਤੀ ਪ੍ਰਕਿਰਿਆ ਦੇ ਵਿੱਚ 4 ਤੋਂ 5 ਸਾਲਾਂ ਦਾ ਤਜਰਬਾ ਪੰਜਾਬ ਦੇ ਹੀ ਸਕੂਲਾਂ ਦਾ ਮੰਗਿਆ ਸੀ। ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਵੱਡਾ ਝਟਕਾ। ਹਾਈ ਕੋਰਟ ਨੇ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ। ਦਿੱਲੀ ਹਾਈ ਕੋਰਟ ਨੇ ਕੇਜਰੀਵਾਲ ਦੀ ਪਟੀਸ਼ਨ 'ਤੇ ਮੰਗਿਆ ਜਵਾਬ। 22 ਅਪ੍ਰੈਲ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ। ਈਡੀ ਦੇ ਸੰਮਣ ਦੇ ਖਿਲਾਫ਼ ਅਰਵਿੰਦ ਕੇਜਰੀਵਾਲ ਨੇ ਦਾਇਰ ਕੀਤੀ ਸੀ ਇੱਕ ਹੋਰ ਪਟੀਸ਼ਨ। ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਤੋਂ ਮੰਗੀ ਸੀ ਅੰਤਰਿਮ ਰਾਹਤ, ਕਿਹਾ ਸੀ ਮੈਂ ਈਡੀ ਦੇ ਸਾਹਮਣੇ ਪੇਸ਼ ਹੋਣ ਨੂੰ ਤਿਆਰ ਹਾਂ ਪਰ ਈਡੀ ਮੈਨੂੰ ਭਰੋਸਾ ਦੇਵੇ ਕਿ ਉਹ ਗ੍ਰਿਫਤਾਰ ਨਹੀਂ ਕਰੇਗੀ। ਰਿਜ਼ਰਵ ਬੈਂਕ ਆਫ ਇੰਡੀਆ ਦਾ ਵੱਡਾ ਫੈਸਲਾ, 31 ਮਾਰਚ ਯਾਨੀ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ। ਸਰਕਾਰੀ ਕੰਮਕਾਜ ਨਾਲ ਸੰਬੰਧਿਤ ਸਾਰੀਆਂ ਬ੍ਰਾਂਚਾਂ ਰਹਿਣਗੀਆਂ ਖੁੱਲ੍ਹੀਆਂ। ਆਰਬੀਆਈ ਨੇ ਟਵੀਟ ਕਰਕੇ ਸਾਂਝੀ ਕੀਤੀ ਜਾਣਕਾਰੀ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਬੈਕਫੁੱਟ 'ਤੇ ਆਈ ਪਤੰਜਲੀ। ਕੰਪਨੀ ਨੇ ਕਿਹਾ ਬਿਨਾਂ ਕਿਸੇ ਸ਼ਰਤ ਮੰਗਦੇ ਹਾਂ ਮਾਫ਼ੀ। ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ 2 ਅਪ੍ਰੈਲ ਨੂੰ ਪੇਸ਼ੀ ਦੇ ਲਈ ਸੰਮਨ ਜਾਰੀ। ਗੁੰਮਰਾਹਕੁਨ ਇਸ਼ਤਿਹਾਰਾਂ ਨਾਲ ਸੰਬੰਧਿਤ ਹੈ ਮਾਮਲਾ। ਹੈਡਲਾਈਨਸ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।